ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੇਜ਼ ਪੰਜਾਬ ਨਿਊਜ਼। ਮੈਂ ਹਾਂ ਵਿਨੂ ਸ਼ਰਮਾ। ਅੱਜ ਅਜਿਹੇ ਪਰਸਨ ਨਾਲ ਤੁਹਾਨੂੰ ਰੂਬਰੂ ਕਰਵਾਉਣ ਜਾ ਰਿਹਾ ਜੋ ਸੋਸ਼ਲ ਮੀਡੀਆ 'ਤੇ ਕਾਫੀ ਫੇਮਸ ਨੇ। ਸੈਮ ਨਰੂਲਾ ਮੌਜੂਦ ਨੇ, ਜੋੜੀ ਬਹੁਤ ਫੇਮਸ ਹੈ, ਕਪਲ ਬਹੁਤ ਫੇਮਸ ਹੈ ਸੋਸ਼ਲ ਮੀਡੀਆ 'ਤੇ। ਇੰਸਟਾ 'ਤੇ ਰੀਲਸ ਬੜੀ ਇਹਨਾਂ ਦੇ ਫੈਨ ਬਹੁਤ ਫੋਲੋਇੰਗ ਕਰਦੇ ਨੇ, ਫੋਲੋ ਕਰਦੇ ਨੇ, ਫੋਲੋਅਰਸ ਬਹੁਤ ਨੇ। ਤਾਂ ਇਸ ਸਮੇਂ ਅਸੀਂ ਇਹਨਾਂ ਦੇ ਸੌਂਗ ਲਾਂਚ 'ਤੇ ਪਹੁੰਚੇ, ਉਹਨਾਂ ਖਾਸ ਗੱਲਬਾਤ ਕਰਦੇ ਹਾਂ। ਸੈਮ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਥੈਂਕ ਯੂ ਸੋ ਮਚ ਇਹ ਇਨਵਾਈਟ ਕਰਨ ਲਈ। ਅਕਸਰ ਰੀਲਸ 'ਤੇ ਬਹੁਤ ਪਾਪੂਲਰਿਟੀ ਮਿਲਦੀ ਹੈ, ਇਸ ਲਈ ਤੁਹਾਨੂੰ ਲੱਗਦਾ ਕਿ ਬੀਇੰਗ ਇੰਸਟਾਗ੍ਰਾਮ ਇਨਫਲੂਐਂਸਰ ਕਿ ਜਿਹੜੇ ਰੀਲਸ ਨੇ ਉਹ ਇੱਕ ਬੈਸਟ ਆਪਸ਼ਨ ਨੇ ਜ਼ਿਆਦਾ ਪਾਪੂਲਰ ਹੋਣ ਵਿੱਚ, ਈਜ਼ਲੀ ਇੱਕ ਇਫੈਕਟ ਹੈ? ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡੇ ਕੋਲ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਟੈਲੈਂਟ ਹੈ, ਜਿਹਦੇ ਕੋਲ ਉਹ ਦਿਖਾਓ ਆਪਦਾ ਟੈਲੈਂਟ ਅਤੇ ਉਹ ਆਪਣਾ ਵੀ ਫੇਮਸ ਹੋਜੂਗਾ, ਕਿਸੇ ਤਰ੍ਹਾਂ ਦਾ ਵੀ ਟੈਲੈਂਟ ਆ। ਬਿਕੋਜ਼ ਰੀਲ ਦੇ ਉੱਤੇ ਹਾਂ ਇਹ ਕਹਿ ਸਕਦੇ ਹਾਂ ਕਿ ਸੋਸ਼ਲ ਮੀਡੀਆ ਬਹੁਤ ਸਟਰੋਂਗ ਪਾਵਰ ਹੈ, ਉਹਦੇ 'ਚ ਕਿ ਤੁਸੀਂ ਕਿਸੇ ਚੀਜ਼ ਨੂੰ ਵੀ ਆਪਾਂ ਅੱਗੇ ਲੈ ਕੇ ਆ ਸਕਦੇ ਹਾਂ ਸੋਸ਼ਲ ਮੀਡੀਆ ਦੇ ਥਰੂ। ਅਤੇ ਸਾਨੂੰ ਵੀ ਨਹੀਂ ਪਤਾ ਸੀ ਅਸੀਂ ਇੰਨੇ ਫੇਮਸ ਹੋ ਜਾਵਾਂਗੇ, ਬਿਕੋਜ਼ ਅਸੀਂ ਇੱਕ ਵੀਡੀਓ ਪਾਈ ਸੀਗੀ ਅਤੇ ਜਸਟ ਨੋਰਮਲ ਵੀਡੀਓ ਅਸੀਂ ਪਾਈ ਵੀਡੀਓ, ਅਤੇ ਉਹ 100 million ਵਿਊ ਪਲੱਸ ਚਲੀ ਗਈ। ਉਸ ਤੋਂ ਬਾਅਦ ਅਸੀਂ ਪਾਪੂਲੈਰਿਟੀ ਇਹ ਲਾਈਨ ਦੇ ਵਿੱਚ ਆ ਗਏ, ਫਿਰ ਹੌਲੀ ਹੌਲੀ ਕਰਕੇ ਸ਼ੁਰੂਆਤ ਕਿੱਦਾਂ ਹੋਈ? ਜਿੱਦਾਂ ਤੁਸੀਂ ਕਿਹਾ ਕਿ ਤੁਹਾਨੂੰ ਪਤਾ ਨਹੀਂ ਤੁਸੀਂ ਇੰਨੀ ਫੇਮਸ ਹੋ ਜਾਓਗੇ, ਸਟਾਰਟਿੰਗ ਕਿੱਦਾਂ ਕੀਤੀ, ਮਤਲਬ ਕਿੱਦਾਂ ਆਈਡੀਆ ਆਇਆ ਮਾਈਂਡ 'ਚ ਕਿ ਇੱਦਾਂ ਕੀਤਾ ਜਾ ਸਕਦਾ? ਅਸੀਂ ਨਾ ਦੇਖਦੇ ਹੁੰਦੇ ਸੀਗੇ ਜਿਵੇਂ ਟਿਕਟੋਕ ਵਗੈਰਾ, ਸਾਰਿਆਂ ਦੇਖਦੇ ਹੁੰਦੇ ਸੀ। ਫਿਰ ਅਸੀਂ ਇੱਕ ਦਿਨ ਸੋਚਿਆ ਆਪਾਂ ਵੀ ਵੀਡੀਓ ਪਾਉਂਦੇ ਹਾਂ, ਸੋ ਅਸੀਂ ਇੱਕ ਵੀਡੀਓ ਪਾਈ, ਦੋ ਵੀਡੀਓ ਪਾਈ, ਹੌਲੀ 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 ਉਹਦੇ ਵਿੱਚੋਂ ਇੱਕ ਵੀਡੀਓ ਇੰਨੀ ਕਲਿੱਕ ਹੋ ਗਈ, ਉਹ ਇੰਨੀ ਕੁ ਜ਼ਿਆਦਾ ਵਾਇਰਲ ਹੋ ਗਈ ਕਿ ਫਿਰ ਸਾਰੇ ਲੋਕ ਜਾਣਨ ਲੱਗ ਗਏ। ਮੈਨੂੰ ਅੱਜ ਵੀ ਯਾਦ ਆ, ਅਸੀਂ ਲੁਧਿਆਣੇ ਦੇ ਵਿੱਚ ਨਾ ਮਾਰਕੀਟ ਦੇ ਵਿੱਚ ਖੜ੍ਹੇ ਸੀ, ਅਤੇ ਇੱਕ ਕੁੜੀ ਆਈ ਸਾਡੇ ਕੋਲ ਫੋਟੋਗ੍ਰਾਫੀ, ਸਾਨੂੰ ਵੀ ਨਹੀਂ ਪਤਾ ਸਾਡੇ ਨਾਲ ਕਿਉਂ ਫੋਟੋ ਕਰਾਉਂਦੀ ਪਈ ਆ। ਸੋ ਫਿਰ ਉਹ ਸਾਨੂੰ ਦੱਸਦੀ ਵੀ ਆ ਰੀਜ਼ਨ ਕਿ ਅਸੀਂ, ਮੈਂ ਤੁਹਾਡੀ ਉੱਥੇ ਵੀਡੀਓ ਦੇਖੀ ਸੀ। ਉਸ ਤੋਂ ਬਾਅਦ ਫਿਰ ਸਾਨੂੰ ਪਤਾ ਲੱਗਣ ਲੱਗ ਗਿਆ ਕਿ ਹਾਂ ਕਿ ਹੁਣ ਅਸੀਂ ਹੌਲੀ 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 ਕਰਕੇ ਫੇਮਸ ਹੋ ਰਹੇ ਹਾਂ। ਨਾਮ ਬੜੇ ਇੱਕ ਹੁੰਦੇ, ਮਤਲਬ ਡਿਫਰੈਂਟ, ਸੈਮ, ਸਿੰਮੂ, ਅਰਸ਼ਪ੍ਰੀਤ, ਇਹ ਕਿੱਦਾਂ, ਮਤਲਬ ਕੰਬੀਨੇਸ਼ਨ ਬੜਾ ਡਿਫਰੈਂਟ ਹੈ। ਤੁਸੀਂ ਦੇਖਿਆ ਹੋਣਾ ਕਿ ਮੇਰੀ ਫੈਮਿਲੀ ਦੇ ਵਿੱਚ ਨਾ ਜ਼ਿਆਦਾਤਰ ਸਾਰਿਆਂ ਦਾ ਨਾਮ ਐਸ ਤੋਂ ਆ, ਮਤਲਬ ਕਿ ਮੇਰਾ ਨਾਮ ਸਮਰੀਤ ਆ, ਮੇਰੀ ਸਿਸਟਰ ਦਾ ਨਾਮ ਸਿਮਰਨ ਆ, ਉਦੋਂ ਵੱਡੀ ਸਿਸਟਰ ਦਾ ਨਾਮ ਹੈਗਾ ਸੁਖਮਨੀ, ਮੇਰੇ ਦਾਦੀ ਦਾ ਨਾਮ ਸਰਤਾ ਸੁਰਿੰਦਰ। ਸੋ ਸਾਰਿਆਂ ਦੇ ਨਾ ਐਸ ਐਸ ਆ, ਅਤੇ ਰੱਖੇ ਵੀ ਨਾਮ ਮੇਰੇ ਦਾਦੂ ਨੇ, ਸਾਰਿਆਂ ਦੇ ਦਾਦੂ ਦਾਦੀ ਦੋਨਾਂ ਨੇ ਰੱਖਿਆ। ਸੋ ਯੂਨੀਕ ਜੇ ਨਾਮ ਲੱਗੇ ਸਾਰਿਆਂ ਨੂੰ ਤਾਂ ਉਹਨਾਂ ਨੇ ਉਹ ਰੱਖਤੇ। ਤੁਸੀਂ ਸੌਂਗਸ ਕਰੋ, ਜਿੱਦਾਂ ਇਹ ਸੌਂਗ ਹੈ ਸੋਲਮੇਟ ਹੈ, ਨਾਮ ਆਪਣੇ ਆਪ 'ਚ ਡਿਫਰੈਂਟ ਹੈ, ਇਹ ਸੌਂਗ 'ਚ ਲੁਕਸ ਨੂੰ ਲੈ ਕੇ ਬਹੁਤ ਅਲਰਟ ਰਹਿੰਦੇ ਹੋ, ਕੌਨਸ਼ੀਅਸ ਰਹਿੰਦੇ ਹੋ, ਐਕਸਪੈਰੀਮੈਂਟ ਕਰਨ ਦਾ ਕਿੰਨਾ ਕੁ ਮੌਕਾ ਮਿਲਿਆ? ਜਦੋਂ ਆਪਾਂ ਕੋਈ ਵੀ ਸੌਂਗ ਕਰਦੇ ਹਾਂ ਆਪਾਂ ਨੂੰ ਐਕਸਪੈਰੀਮੈਂਟ ਕਰਨ ਦਾ ਮੌਕਾ ਮਿਲਦਾ? ਮੇਰਾ ਇੱਕ ਸੌਂਗ ਆਇਆ ਸੀਗਾ, ਮੈਨੂੰ ਨਾਮ ਨਹੀਂ ਯਾਦ ਆਉਂਦਾ ਪਿਆ, ਮਾਸ਼ਾਅੱਲਾ ਸੀ, ਹਾਂ ਮਾਸ਼ਾਅੱਲਾ ਸੀਗਾ ਸੌਂਗ। ਉਹਦੇ ਵਿੱਚ ਨਾ ਮੇਰੀ ਰੈਟਰੋ ਲੁੱਕ ਆ ਜਿਹੜੀ ਮੈਂ ਕਦੇ ਕੀਤੀ ਨਹੀਂ ਸੀ, ਸੋ ਮੈਨੂੰ ਡਰ ਸੀਗਾ ਕਿਉਂਕਿ ਉਹ ਰੈਟਰੋ ਲੁੱਕ ਲਈ ਨਾ, ਤੁਹਾਨੂੰ ਆਪਦੇ ਬਾਲ ਵੱਡੇ ਰੱਖਣੇ ਪੈਂਦੇ, ਫਿਰ ਮੈਨੂੰ ਮਹੀਨਾ ਪਹਿਲਾਂ ਆਪਦਾ ਫੇਸ ਪਤਲਾ ਕਰਨਾ ਪਿਆ, ਆਹ ਚੀਜ਼ਾਂ ਵਧਾਉਣੀਆਂ ਪਈਆਂ ਨਾ, ਮੁੱਛਾਂ ਘਟਾਉਣੀਆਂ ਪਈਆਂ, ਸਾਰਾ ਕੁਝ ਸੈੱਟ ਕਰਨਾ, ਉਹ ਫਿਰ ਇੱਕ ਸਾਧ ਪਰ ਢੋਲ ਲੁੱਕ ਮੇਰੇ ਬਹੁਤ ਵਧੀਆ ਲੱਗੀ। ਸੋ ਇੱਦਾਂ ਕਰਕੇ ਸ਼ੂਟ ਦੇ ਵਿੱਚ ਐਕਸਪੈਰੀਮੈਂਟ ਹੋ ਜਾਂਦੇ ਹੁੰਦੇ ਆ। ਲਾਈਫ ਕਦੇ ਵੀ ਸਮੂਥ ਨਹੀਂ ਹੁੰਦੀ, ਸਟਰਗਲਿੰਗ ਪੀਰੀਅਡ ਹੁੰਦਾ ਹੀ ਹੈ, ਸਟਰਗਲਿੰਗ ਕਿੰਨਾ ਕੁ ਕਰਨਾ ਪਈ ਆ, ਲਾਈਫ ਸਮੂਥ ਹੀ ਤੁਸੀਂ ਇੰਜੋਏ ਕੀਤੀ ਆ? ਦੇਖੋ ਜੀ, ਸਟਰਗਲ ਹਰੇਕ ਦੇ ਕੰਮ 'ਚ ਹੁੰਦੀ ਆ, ਮਤਲਬ ਭਾਵੇਂ ਤੁਸੀਂ ਆਪਦਾ ਆਰਟਿਸਟ ਵਾਲੇ ਲਾਈਫ ਚਲੇ ਜਾਓ, ਭਾਵੇਂ ਤੁਸੀਂ ਮਜ਼ਦੂਰੀ ਦੇ ਵਿੱਚ, ਹਰ ਇੱਕ ਚੀਜ਼ ਸਟਰਗਲ ਆ। ਹੁਣ ਤੁਸੀਂ ਮੰਨੋਗੇ ਕਿ ਆਪਾਂ ਸਵੇਰੇ ਉੱਠਦੇ ਹਾਂ, ਹੁਣ ਪਿਛਲੇ ਮਹੀਨੇ ਸਾਡੇ ਕੋਲ ਇੰਨੇ ਕੁ ਸ਼ੂਟ ਸੀਗੇ, ਚਲੋ ਟੱਚਵੁੱਡ ਵਧੀਆ ਕੰਮ ਮਿਲਦਾ ਵਾ, ਬਟ ਤੁਹਾਨੂੰ ਰੈਸਟ ਨਹੀਂ ਮਿਲਦੀ ਪਈ, ਤੁਸੀਂ ਬਿਮਾਰ ਹੋ ਜਾਓਗੇ, ਹੈ ਨਾ, ਸਟਰਗਲ ਕਰਦੇ ਕਰਦੇ। ਬਟ ਮੈਂ ਤੁਹਾਨੂੰ ਇਹ ਗੱਲ ਕਹਿੰਦਾ, ਕੰਮ ਥੋੜ੍ਹਾ ਕਰੋ ਬਟ ਆਪਦੇ ਸਰੀਰ ਦਾ ਧਿਆਨ ਰੱਖੋ, ਬਿਕੋਜ਼ ਜੇ ਤੁਹਾਡੇ ਕੋਲ ਸਰੀਰ ਵਧੀਆ ਵਾ ਤੁਸੀਂ ਤਾਂ ਕੰਮ ਕਰ ਸਕਦੇ ਹੋ, ਨਹੀਂ ਤੁਸੀਂ ਕੰਮ ਨਹੀਂ ਕਰ ਸਕਦੇ। ਜਰਨੀ 'ਚ ਸਭ ਤੋਂ ਵਧੀਆ ਇੰਟਰਸਟਿੰਗ ਫੈਕਟਰ ਕੀ ਰਿਹਾ ਤੁਹਾਡੇ ਲਈ? ਇੰਟਰਸਟਿੰਗ ਇਹੀ ਸੀ ਕਿ ਮੈਂ ਛੋਟਾ ਹੁੰਦਾ ਸੀ ਨਾ, ਮੈਂ ਮੋਮ ਨੂੰ ਇਹ ਕਹਿੰਦਾ ਹੁੰਦਾ ਸੀ ਜਦੋਂ ਵੀ ਮੂਵੀ ਦੇਖਣ ਜਾਣਾ ਕਿ ਮੇਰਾ ਵੀ ਦਿਲ ਆ ਕਿ ਮੈਨੂੰ ਲੋਕ ਦੇਖਣ ਸਕਰੀਨ ਦੇ ਉੱਤੇ, ਮੇਰੇ ਨਾਲ ਵੀ ਲੋਕ ਫੋਟੋਆਂ ਕਰਾਉਣ, ਅਤੇ ਉਹ ਅੱਜ ਉਹ ਚੀਜ਼ ਪੂਰੀ ਹੋਈ, ਅਤੇ ਮੇਰੇ ਮੋਮ ਨੇ ਵੀ ਮੈਨੂੰ ਹਰੇਕ ਘਰ ਇਹੀ ਕਹਿਣਾ ਕਿ ਮੈਂ ਤੇਰੇ ਨਾਲ ਹਾਂ। ਮੈਂ ਨਾ ਐਕਚੁਲੀ, ਮੈਨੂੰ ਡਾਂਸ ਦਾ ਬਹੁਤ ਸ਼ੌਂਕ ਆ, ਮੈਂ ਛੋਟੇ ਹੁੰਦੇ ਜਿਵੇਂ ਸਕੂਲ ਦੇ ਵਿੱਚ ਪਾਰਟੀਸਪੇਟ ਕਰਨਾ, ਐਂਡ ਇੱਕ ਨਾ ਉੱਥੇ ਕੰਪੀਟੀਸ਼ਨ ਹੋਇਆ ਸੀਗਾ ਲੁਧਿਆਣੇ ਦੇ ਵਿੱਚ, ਅਤੇ ਮੰਮਾ ਮੈਨੂੰ ਲੈ ਗਏ ਸੀ, ਹਰੇਕ ਥਾਂ ਦੇ ਪਾਪਾ ਤਾਂ ਡਾਂਟਦੇ ਹੁੰਦੇ ਆ ਨਾ ਕਿ ਕਿੱਥੇ ਕਿਹੜੇ ਕਮੀ ਪਾਈ ਜਾਂਦੀ ਇਹ ਵੋ, ਬਟ ਉਹ ਮੰਮਾ ਨੇ ਮੇਰਾ ਹਰੇਕ ਥਾਂ 'ਤੇ ਸਾਥ ਦਿੱਤਾ। ਬਟ ਹੁਣ ਦੇ ਟਾਈਮ ਦੇ ਵਿੱਚ ਮੋਮ ਡੈਡ ਦੋਨੇ ਮੇਰੇ ਨਾਲ, ਮਤਲਬ ਕਦੇ ਇੱਦਾਂ ਫੀਲ ਹੀ ਨਹੀਂ ਹੋਣ ਦਿੱਤਾ ਕਿ ਹਾਂ ਆਪਾਂ ਕਿ ਮੰਮਾ ਕਹਿਣ ਕਿ ਆਹ ਚੀਜ਼ ਨਹੀਂ ਕਰਨੀ, ਪਾਪਾ ਕਹਿਣਾ ਆਹ ਚੀਜ਼ ਕਰਨੀ, ਨਹੀਂ ਕਦੇ ਵੀ ਨਹੀਂ ਇੱਦਾਂ ਹੋਇਆ। ਡਾਂਸਿੰਗ ਮੂਵੀ ਕਰਨਾ ਸੋਚਿਆ, ਜਿੱਦਾਂ ਰੈਮੋ ਡਿਸੂਜ਼ਾ ਡਾਂਸਿੰਗ ਮੂਵੀਜ਼ ਬਣਾਉਂਦੇ ਨੇ, ਵਰੁਣ ਧਵਨ, ਇੱਦਾਂ ਕਦੀ ਸੋਚਿਆ ਕਿ ਕੀਤਾ ਜਾ ਸਕਦਾ? ਕਿਉਂਕਿ ਡਾਂਸਿੰਗ ਅਜਿਹਾ ਫੀਲ ਹੈ ਆਪਣੇ ਆਪ 'ਚ ਡਿਫਰੈਂਟ ਹੈ, ਉਸ ਐਕਸਪੈਰੀਮੈਂਟ ਵੀ ਹੈ, ਚੈਲੰਜ ਵੀ ਨੇ, ਕਦੇ ਸੋਚਿਆ ਕਿ ਇੱਦਾਂ ਕੁਛ ਕੀਤਾ ਜਾ ਸਕਦਾ? ਮਾਸ਼ਾਅੱਲਾ ਦੇ ਵਿੱਚ ਮੇਰਾ ਸਾਰੇ ਦਾ ਸਾਰਾ ਡਾਂਸ ਹੀ ਆ, ਰੈਟਰੋ ਦੇ ਵਿੱਚ ਮੇਰਾ ਸਾਰਾ ਡਾਂਸ ਕੀਤਾ ਉਹਦੇ ਵਿੱਚ, ਤੁਸੀਂ ਸ਼ਾਇਦ ਨਹੀਂ ਦੇਖਿਆ ਹੋਣਾ ਬਟ ਤੁਸੀਂ ਦੇਖਿਓ ਜ਼ਰੂਰ, ਸਾਰਾ ਰੈਟਰੋ ਸਟਾਈਲ ਦੇ ਵਿੱਚ ਡਾਂਸ ਹੀ ਆ। ਸੋ ਮੇਰਾ ਇਹ ਵੀ ਮਾਨਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਮੂਵੀ ਵੀ ਕਰਾਂਗੇ ਪ੍ਰੋਡਿਊਸ, ਹੌਲੀ 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 ਹੌਲੀ, ਬਿਕੋਜ਼ ਐਜ਼ ਅ ਪ੍ਰੋਡਿਊਸਰ ਹੁਣ ਆਇਆ ਵਾ, ਮੈਂ ਆਪਦੀ ਕੰਪਨੀ ਲਗਾਈ ਆ, ਦੋ ਆਰਟਿਸਟ ਵੀ ਸਾਈਨ ਕੀਤੇ ਆ, ਸੋ ਹੌਲੀ 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 ਹੌਲੀ
ਤੁਸੀਂ ਰੀਲਸ ਬਣਾਉਂਦੇ ਹੋ ਦੋਵੇਂ ਕਪਲ ਕਿਹੜੀ ਚੀਜ਼ 'ਤੇ ਸਭ ਤੋਂ ਵੱਧ ਫੋਕਸ ਰਹਿੰਦਾ ਕਿ ਇਹ ਚੀਜ਼ 'ਤੇ ਜ਼ਿਆਦਾ ਫੋਕਸ ਕੀਤਾ ਜਾ ਸਕਦਾ ਕਿਉਂਕਿ ਆਡੀਅੰਸ ਤਾਂ ਦੇਖਦੇ ਨੇ ਪੋਜ਼ਿਟਿਵ ਕਮੈਂਟਸ ਵੀ ਹੁੰਦੇ ਨੇ ਕਈ ਵਾਰ ਨੈਗੇਟਿਵ ਕਮੈਂਟਸ ਹੁੰਦੇ ਨੇ ਉਹਦਾ ਵੀ ਤੁਹਾਨੂੰ ਫੇਸ ਕਰਨਾ ਪੈਂਦਾ ਚਾਹੇ ਤੁਸੀਂ ਇੰਸਟਾ ਲਾਈਵ ਕਰੋ ਜਾਂ ਕੁਝ ਵੀ ਕੋਈ ਵੀ ਐਕਟੀਵਿਟੀ ਕਰੋ ਸੋਸ਼ਲ ਮੀਡੀਆ 'ਤੇ ਤੁਹਾਨੂੰ ਨਾ ਸਾਰ ਨਾਲੋਂ ਪਹਿਲਾਂ ਮੇਨ ਤੁਹਾਡਾ ਕੀ ਹੁੰਦਾ ਤੁਸੀਂ ਕੰਟੈਂਟ ਲੈ ਕੇ ਚੱਲੋ ਤੁਸੀਂ ਕੰਟੈਂਟ ਕੀ ਬਣਾਉਂਦੇ ਪਏ ਹੁਣ ਜੇ ਤੁਸੀਂ ਸਿੱਧੇ ਖੜ ਕੇ ਵੀਡੀਓ ਬਣਾਤੀ ਤੁਹਾਨੂੰ ਲੋਕਾਂ ਨੇ ਉਹਨਾਂ ਕ ਲਾਈਕ ਕਰਨਾ ਤੁਸੀਂ ਕੋਈ ਇਹੋ ਜਿਹਾ ਕੰਟੈਂਟ ਲੈ ਕੇ ਆਓ ਜਿਹੜਾ ਕਿ ਲੋਕਾਂ ਦੀਆਂ ਅੱਖਾਂ 'ਚ ਚੜੇ ਹੈ ਨਾ ਲੋਕਾਂ ਨੂੰ ਵਧੀਆ ਲੱਗੇ ਸੋ ਸਾਨੂੰ ਹਮੇਸ਼ਾ ਹੀ ਹੁੰਦਾ ਕਿ ਕੰਟੈਂਟ ਇਹੋ ਜਿਹਾ ਲੈ ਕੇ ਆਓ ਕਿ ਲੋਕਾਂ ਦੀ ਨਿਗਾਹ 'ਚ ਤਾਂ ਹੁਣ ਤੱਕ ਵੀ ਤਾਂ ਹੀ ਆਏ ਹਾਂ ਬਿਕੋਜ਼ ਆਪਾਂ ਕੰਟੈਂਟ ਡਿਫਰੈਂਟ ਰੱਖਿਆ ਸਭ ਤੋਂ ਕੰਟੈਂਟ ਡਿਫਰੈਂਟ ਲੈ ਕੇ ਆਵਾਂਗੇ ਤੁਸੀਂ ਓਬਵੀਅਸਲੀ ਤੁਹਾਨੂੰ ਲੋਕ ਜਾਣਨਗੇ ਸੋਲਮੇਟਸ ਤੁਹਾਡੇ ਮੁਤਾਬਿਕ ਅਜਿਹੀ ਕਿਹੜੀ ਚੀਜ਼ ਜਿਹੜੀ ਆਡੀਅੰਸ ਨੂੰ ਸਭ ਤੋਂ ਵੱਧ ਅਟਰੈਕਟ ਕਰੇਗੀ ਸਾਡੇ ਦੋਨਾਂ ਦਾ ਪਿਆਰ ਜਿਹੜਾ ਕਿ ਕਰਦਾ ਰਹਿੰਦਾ ਅਟਰੈਕਟ ਦੇਖਣ ਨੂੰ ਮਿਲਦੇ ਹਾਂਜੀ ਹਾਂਜੀ ਸੋ ਆਪਣਾ ਇਹੀ ਮੋਟਿਵ ਹੁੰਦਾ ਹਰੇਕ ਗਾਣੇ ਦੇ ਵਿੱਚ ਇਹੀ ਹੁੰਦਾ ਕਿ ਪਿਛਲਿਆ ਮੇਰੇ ਖਿਆਲ ਨਾਲ ਦੋ ਸੈਡ ਸੌਂਗ ਕੀਤੇ ਆ ਮੈਂ ਉਹਦੇ ਵਿੱਚ ਅਸੀਂ ਦੋਨਾਂ ਦਾ ਕੀ ਸੀ ਕਿ ਅਸੀਂ ਦੋਨੇ ਇੱਕ ਗਾਣਾ ਕੀਤਾ ਮੈਂ ਪ੍ਰੀਤ ਹਰਪਾਲ ਜੀ ਦਾ ਉਹਦੇ ਵਿੱਚ ਆਪਾਂ ਦੋਨੋਂ ਘਰੋਂ ਭੱਜ ਜਾਂਦੇ ਹਾਂ ਸੋ ਉਹਦੇ ਵਿੱਚ ਵੀ ਇਹੀ ਦਿਖਾਇਆ ਕਿ ਆਖਰ ਤੱਕ ਅਸੀਂ ਇੱਕ ਦੂਜੇ ਨਾਲ ਕਿਵੇਂ ਅਸੀਂ ਸਾਡੀ ਆਖਰ 'ਤੇ ਡੈਥ ਹੁੰਦੀ ਹੈ ਅਤੇ ਇਕੱਠਿਆਂ ਦੇ ਹੱਥ ਫੜਿਆ ਉਹਦੇ ਵਿੱਚ ਇਕੱਠੇ ਡੈਥ ਹੁੰਦੀ ਸਾਡੀ ਅੱਜ ਕੱਲ੍ਹ ਇੱਦਾਂ ਦਾ ਪਿਆਰ ਬਹੁਤ ਘੱਟ ਦੇਖਣ ਨੂੰ ਮਿਲਦਾ ਤੁਹਾਨੂੰ ਪਤਾ ਰਿਲੇਸ਼ਨ ਜ਼ਿਆਦਾ ਟਿਕਦੇ ਨਹੀਂ ਹੈ ਇਹਦਾ ਕੀ ਫੰਡ ਹੈ ਜਿਹੜਾ ਤੁਹਾਡੇ ਦੋਨੋਂ ਦੀ ਇੰਨੀ ਕੈਮਿਸਟਰੀ ਇੰਨਾ ਪਿਆਰ ਦੇਖਣ ਨੂੰ ਮਿਲਦਾ ਅਕਸਰ ਚਾਹੇ ਸੋਸ਼ਲ ਮੀਡੀਆ ਚਾਹੇ ਤੁਹਾਡੀ ਅਸਲ ਜ਼ਿੰਦਗੀ ਹੈ ਸਾਡੇ 'ਚ ਨਾ ਅੰਡਰਸਟੈਂਡਿੰਗ ਬਹੁਤ ਆ ਦੋਨਾਂ ਦੇ ਵਿੱਚ ਮਤਲਬ ਕਿ ਇੱਦਾਂ ਨਹੀਂ ਹੁੰਦਾ ਕਿ ਜੇ ਉਹਨੇ ਕਹਿਤਾ ਜੇ ਅਸੀਂ ਲੜਦੇ ਵੀ ਜਿੱਦੀ ਹੋਣ ਉਹ ਜ਼ਿਆਦਾ ਜਿੱਦੀ ਹਾਂ ਜੇ ਅਸੀਂ ਦੋਨੇ ਲੜਦੇ ਵੀ ਹਾਂ ਨਾ ਤਾਂ 5 ਮਿੰਟ ਬਾਅਦ ਅਸੀਂ ਦੁਬਾਰਾ ਉਵੇਂ ਹੋ ਜਾਂਦੇ ਹਾਂ ਮਤਲਬ ਕਿ ਉਹਦੀ ਭਾਵੇਂ ਗਲਤੀ ਨਾ ਹੋਵੇ ਇੱਕ ਜਣਾ ਸੌਰੀ ਮੰਗ ਲਊਗਾ ਕੁਛ ਘਸ ਨਹੀਂ ਜਾਊਗਾ ਆਪਾਂ ਨੇਵੀ ਹਾਂਜੀ ਅਤੇ ਹੁਣ ਫਿਊਚਰ ਪਲਾਨਸ ਕੀ ਨੇ ਸਾਲ 2000 ਵਿੱਚ ਕਿੱਦਾਂ ਦੇ ਰੀਲਸ ਲੈ ਕੇ ਆ ਰਹੇ ਹੋ ਆਡੀਅੰਸ ਨੇ ਫੈਨਸ ਨੇ ਕਿੱਦਾਂ ਦੇ ਪ੍ਰੋਜੈਕਟ ਲੈ ਕੇ ਆ ਰਹੇ ਹੋ ਜਿਵੇਂ ਦੇ ਗਾਣੇ ਹੋਣਗੇ ਉਵੇਂ ਦੀ ਰੀਲਸ ਹੋਣਗੀਆਂ ਉਵੇਂ ਉਵੇਂ ਦੇ ਕੰਟੈਂਟ ਬਣਨਗੇ ਹੈ ਨਾ ਕਿਉਂਕਿ ਆਪਾਂ ਨੂੰ ਵੀ ਗਾਣੇ ਤੋਂ ਪਤਾ ਲੱਗਦਾ ਕਿ ਆਹ ਗਾਣਾ ਚੱਲਦਾ ਪਿਆ ਇੱਦਾਂ ਦੀ ਇਹ ਅਤੇ ਇਹ ਚੀਜ਼ ਕੰਟੈਂਟ ਬਣਾਇਆ ਜਾਵੇ ਸੋ ਇੱਕ ਮੇਰਾ ਗਾਣਾ ਵੀ ਆ ਰਿਹਾ ਮਤਲਬ ਕਿ ਉਹਦੇ ਵੀਰ ਦਾ ਲਿਖਿਆ ਹੋਇਆ ਅਤੇ ਗਾਇਆ ਵੀ ਉਹਨਾਂ ਦਾ ਹੋਇਆ ਉਹਦੇ ਸ਼ੇਰਗਿੱਲ ਦਾ ਅਤੇ ਉਹਦੇ ਵਿੱਚ ਗਾਣਾ ਕਿਵੇਂ ਆ ਉਹ ਗਾਣਾ ਵੀਡੀਓ ਕਾਲ 'ਤੇ ਆ ਕਿ ਤੁਸੀਂ ਵੀਡੀਓ ਕਾਲ 'ਤੇ ਇੰਨੀ ਦੂਰੋਂ ਬੈਠੇ ਹੋ ਕਿਵੇਂ ਆਪਦੇ ਫੀਲਿੰਗਸ ਨੂੰ ਐਕਸਪ੍ਰੈਸ ਕਰ ਸਕਦੇ ਹੋ ਸੋ ਵੀ ਗਾਣਾ ਬਹੁਤ ਸੋਹਣਾ ਦੇਖੋ ਹੋਪ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੂਗਾ ਆਡੀਅੰਸ ਦੇ ਫੈਨਸ ਨੂੰ ਕੀ ਕਹਿਣਾ ਚਾਹੋਗੇ ਥੈਂਕ ਯੂ ਸੋ ਮੱਚ ਸਾਨੂੰ ਇੱਦਾਂ ਹੀ ਪਿਆਰ ਕਰਦੇ ਰਹੋ ਜਿਵੇਂ ਸਾਡੀ ਰੀਲਸ ਨੂੰ ਪਿਆਰ ਕਰਦੇ ਹੋ ਸਾਡੇ ਇੰਸਟਾਗ੍ਰਾਮ ਯੂਟਿਊਬ ਜਿੰਨਾ ਵੀ ਸੋ ਇੱਦਾਂ ਪਿਆਰ ਕਰਦੇ ਹੋ ਥੈਂਕ ਯੂ ਸੋ ਮੱਚ ਦੇਖਿਆ ਸੀ ਕਿ ਮੇਰਾ ਸੈਮ ਨਰੂਲਾ ਜਿਨ੍ਹਾਂ ਨੇ ਕਿਹਾ ਕਿ ਫਿਊਚਰ ਪਲਾਨਸ ਬਹੁਤ ਸਾਰੇ ਨੇ ਕਈ ਸਾਰੇ ਸਰਪ੍ਰਾਈਜ਼ਿੰਗ ਲੈ ਕੇ ਆ ਰਹੇ ਆਡੀਅੰਸ ਦੇ ਫੈਨਸ ਲਈ ਅਤੇ ਟਾਈਗਰ ਸ਼ਰੋਫ ਤੋਂ ਕਾਫੀ ਇੰਸਪਾਇਰ ਨੇ ਡਾਂਸਿੰਗ ਫੀਲਡ ਵਿੱਚ ਉਹ ਹੋਰ ਵੀ ਵਧੀਆ ਨਾਮ ਕਮਾਉਣਾ ਚਾਹੁੰਦੇ ਨੇ ਰੀਲਸ ਤੋਂ ਤਾਂ ਇਹਨਾਂ ਦੇ ਇੰਸਪਾਇਰ ਹੁੰਦੇ ਨੇ ਆਡੀਅੰਸ ਫੈਨਸ ਅਤੇ ਹੁਣ ਡਾਂਸਿੰਗ ਵਿੱਚ ਵੀ ਇਹਨਾਂ ਨੇ ਕਮਾਲ ਕੀਤਾ ਹੋਇਆ ਤੁਸੀਂ ਵੀ ਬਣੇ ਰਹੋ ਤੇਜ਼ ਪੰਜਾਬ ਨਿਊਜ਼ ਨਾਲ